ਵਿਊਅਰਸ ਵੈਲਕਮ ਬੈਕ ਨਾਮ ਪ੍ਰੋਗਰਾਮ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹਨਾਂ ਨੂੰ ਆਪਣੇ ਦਰਸ਼ਕਾਂ ਨਾਲ ਹੀ ਸਾਂਝੇ ਕਰਾਂਗੇ। ਸਾਡੇ ਕੋਲ ਕਾਫੀ ਸਾਰੇ ਮੈਸੇਜ ਨੇ ਸਾਡੇ ਪਹਿਲੇ ਤੇ ਦੂਸਰੇ ਸੈਗਮੈਂਟ ਤੇ। ਅਸੀਂ ਸਾਰੇ ਵੀਰ ਭੈਣਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਪਹਿਲਾ ਮੈਸੇਜ ਆਇਆ ਹੈ ਗੁਰ ਅਵਤਾਰ ਸਿੰਘ ਸਿੱਧੂ ਜੀ ਦਾ। ਇਹ ਲਿਖਦੇ ਨੇ, ਪੰਜਾਬ ਦੇ ਕਿਸੇ ਵੀ ਲੀਡਰ ਨੇ ਆਜ਼ਾਦੀ ਦੀ ਗੱਲ ਨਹੀਂ ਕਰਨੀ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇ ਆਜ਼ਾਦੀ ਮਿਲ ਗਈ ਤਾਂ ਅਸੀਂ ਇਹਨਾਂ ਲੋਕਾਂ 'ਤੇ ਰਾਜ ਨਹੀਂ ਕਰ ਸਕਾਂਗੇ, ਬਲਕਿ ਜੇਲ੍ਹ ਵਿੱਚ ਬੰਦ ਹੋਵਾਂਗੇ। ਤਾਂ ਹੀ ਦਿੱਲੀ ਅੱਗੇ ਇੱਕ ਦੂਜੇ ਨਾਲੋਂ ਜ਼ਿਆਦਾ ਵਫ਼ਾਦਾਰ ਹੋ ਕੇ ਵਿਖਾ ਰਹੇ ਹਨ। ਹਾਂ, ਕੋਈ ਸ਼ੱਕ ਨਹੀਂ ਹੈ ਇਸ ਵੇਲੇ ਇਹਨਾਂ ਟ੍ਰੇਟਰਸ ਦੀ, ਗੱਦਾਰਾਂ ਦੀ ਦੌੜ ਲੱਗੀ ਹੋਈ ਹੈ ਕਿ ਮੈਂ ਦੂਸਰੇ ਨਾਲੋਂ ਵੱਡਾ ਗੱਦਾਰ ਜੀ। ਹਰਮੇਲ ਸਿੰਘ ਸਾਨੂੰ ਲਿਖਦੇ ਨੇ ਕਿ ਲਾਲੇ ਨੇ ਮਸਤ ਸ਼ਰਾਬੀ ਹਾਥੀ ਮਾਨ ਥਾਪੜਾ ਦੇ ਕੇ ਪੰਜਾਬ ਦੇ ਕਿਲੇ ਦੀ ਕੰਧ ਤੋੜਨ ਭੇਜਿਆ। ਫਿਰ ਉਹਨਾਂ ਦਾ ਇੱਕ ਹੋਰ ਮੈਸੇਜ ਹੈ ਭਗਵੰਤ ਮਾਨ ਦਾ ਹੈ ਕਿ ਭਾਈ ਉਹਨੂੰ ਪਿਆਣ ਦੀ ਲੋੜ ਨਹੀਂ, ਸ਼ਰਾਬ ਪਿਆ ਕੇ ਉਹ ਤਾਂ ਵੈਸੇ ਵੀ ਚੜਦਾ। ਯੂਕੇ ਮੋਰੇ ਤਾਂ ਭਾਰਤੀਆਂ ਨੇ ਬਥੇਰੇ ਹਾੜੇ ਕੱਢੇ ਪਰ ਕੁਝ ਨਹੀਂ ਬਣਿਆ। ਆਪਣੀ ਚਾਲ ਅਸਫਲ ਹੁੰਦੀ ਦੇਖ ਕੇ ਹੁਣ ਇਹ ਲੋਕ 12 ਤਰੀਕ ਨੂੰ ਸਿੱਖ ਫੋਰ ਜਸਟਿਸ ਦੇ ਪ੍ਰੋਗਰਾਮ 'ਚ ਖਲਲ ਪਾਉਣ ਵਾਸਤੇ ਆਪਣਾ ਹਿੰਦੂਤਵੀ ਪ੍ਰੋਗਰਾਮ ਕਰਨ ਜਾ ਰਹੇ ਨੇ। ਦੋਨੋਂ ਹੱਥ ਜੋੜ ਕੇ ਕੇਸਾਧਾਰੀ ਭੇਡਾਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਸਿੰਘਾਂ ਦੇ ਲੰਡਨ ਐਲਾਨਾਮੇ ਦੇ ਨਹੀਂ ਜਾਣਾ ਤਾਂ ਆਪਣੇ ਭਰਾਵਾਂ ਵਾਲੇ ਪਾਸੇ ਜ਼ਰੂਰ ਆ ਜਾਇਓ। ਭਾਰਤ ਮਾਤਾ ਕੀ ਆਪਦਾ ਸਾਡੇ ਕੋਲ ਕਾਫੀ ਸਾਰੇ ਮੈਸੇਜ ਨੇ ਬਹੁਤ ਜ਼ਿਆਦਾ। ਅਗੂ ਭੁਪਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ ਕਿ ਨੱਚਣ ਗਾਉਣ ਵਾਲੇ ਕਦੀ ਵੀ ਆਜ਼ਾਦੀ ਬਾਰੇ ਨਹੀਂ ਸੋਚ ਸਕਦੇ, ਨਕਲਚੀ ਕਦੇ ਅਸਲੀ ਨਹੀਂ ਬਣ ਸਕਦੇ। ਨਹੀਂ, ਐਂਟਰਟੇਨਮੈਂਟ ਚੰਗੀ ਕਰਦੇ ਨੇ ਔਰ ਅਸਲ 'ਚ ਇਹ ਹੋਇਆ ਵੀ 47 'ਚ ਜਿਹੜੇ ਬਹੁਤ ਸਾਰੇ ਇਸ ਕਿੱਤੇ ਨਾਲ ਜੁੜੇ ਸੀ ਉਹ ਤਾਂ ਪਾਕਿਸਤਾਨ ਚਲੇ ਗਏ ਜੀ, ਅਤੇ ਹੁਣ ਇਹਨਾਂ ਦੇ ਆਪਣੇ ਊਂ ਤੱਕ ਹੋਣ ਵਾਲੇ ਸਿੰਘ ਸਰਦਾਰ ਸੀ ਪਰ ਉਹ ਸਰਦਾਰੀਆਂ ਧੋਤੀਆਂ ਦੇ ਸਾਹਮਣੇ ਇਹਨਾਂ ਨੇ ਰੋਲ ਦਿੱਤੀਆਂ ਅਤੇ ਹੁਣ ਉਹੀ ਤੂੰਬੀ ਵਾਲੇ ਬਣ ਕੇ ਵਿਦਵਾਨ ਬਣ ਗਏ ਅਤੇ ਹੁਣ ਆਹ ਨਚਾਰਾਂ ਵਾਲਾ ਕੰਮ ਇਹਨਾਂ ਨੇ ਫੜ ਲਿਆ। ਪਰ ਚਲੋ ਆਪਣਾ ਕਰੀ ਜਾਣ, ਰੋਟੀ ਰੋਜ਼ੀ ਲਈ ਤਾਂ ਕੋਈ ਕਿੱਤਾ ਮਾੜਾ ਨਹੀਂ ਹੈ। ਨੱਚ ਟੱਪ ਕੇ ਜੇ ਮਿਲਦੀ ਹੈ ਰੋਟੀ ਤਾਂ ਭੰਡ ਵਿਚਾਰੇ ਖਾਂਦੇ ਹੀ ਨੇ। ਲੇਕਿਨ ਇਹ ਜੇ ਤੁਸੀਂ ਹੁਣ ਸਿੱਖਾਂ ਦੀ ਕਿਸਮਤ ਦਾ ਫੈਸਲਾ, ਜਿਹੜੇ ਕੌਮ ਕਰਨ ਤੁਰੀ ਹੋਈ ਹੈ ਉਹਨਾਂ ਦੇ ਰਾਹ 'ਚ ਆ ਕੇ ਰੁਕਾਵਟਾਂ ਪੈਦਾ ਕਰੋਗੇ, ਫਿਰ ਇਸ ਦੇ ਲਈ ਤੁਹਾਨੂੰ ਜਿਹੜਾ ਕੀ ਭੁਗਤਣਾ ਪਏਗਾ ਉਹ ਕਹਿਣ ਦੀ ਲੋੜ ਨਹੀਂ ਹੈ। ਰਵਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ 12 ਅਗਸਤ ਜੋ ਵਿੱਚ ਐਲਾਨਨਾਮਾ ਹੋ ਰਿਹਾ ਉੱਥੇ ਪਹੁੰਚੋ। ਸੁਰਜੀਤ ਸਿੰਘ ਕਾਲੋ ਵੀ ਲਿਖਦੇ ਨੇ 2020 ਰੈਫਰੈਂਡਮ ਦੇ ਮੁਕਾਬਲੇ ਹੁਣ ਧੋਤੀ ਬੋਧੀ ਵਾਲੇ ਦੱਸਣਗੇ ਆਪਣੀ ਸਭਿਅਤਾ ਕਿਸ ਤਰ੍ਹਾਂ ਘਾਟੇ ਦਾ ਧੋਖੇ ਨਾਲ ਕਾਣ ਕਰੀਦਾ। ਰਵਿੰਦਰ ਸਿੰਘ ਨੇ ਸਾਨੂੰ ਨਜ਼ਮ ਵੀ ਭੇਜੀ ਹੈ, ਕਹਿੰਦੇ ਨੇ ਕਿ ਚੱਲਦਾ ਸੀ ਸਿੱਕਾ ਸਾਡਾ ਸਦੀ ਸੀ 18ਵੀਂ, ਆਪਣਾ ਕਾਨੂੰਨ ਸੀ ਸਾਡੀ ਆਪਣੀ ਸੀ ਆਰਮੀ, ਦਿੱਲੀ ਕਸ਼ਮੀਰ ਅਤੇ ਲਾਹੌਰ ਉਦੋਂ ਸਾਡਾ ਸੀ, ਕਾਬਲ ਕੰਧਾਰ ਅਤੇ ਪਿਸ਼ੌਰ ਵੀ ਸਾਡਾ ਸੀ। ਪੰਜਾਬ ਰੈਫਰੈਂਡਮ 2020 ਨੇ ਇਹ ਗੱਲ ਹੈ ਵਿਚਾਰਨੀ, ਚੱਲਦਾ ਸੀ ਸਿੱਕਾ ਸਾਡਾ ਸਦੀ ਸੀ 18ਵੀਂ। ਫਿਰ ਇਹਨਾਂ ਨੇ ਫਿਰ ਦੁਬਾਰਾ ਲਿਖਿਆ ਰਵਿੰਦਰ ਸਿੰਘ ਨੇ, ਕਹਿੰਦੇ ਨੇ ਕਿ ਭਗਵੰਤ ਮਾਨ ਲੱਗਦਾ ਹੈ ਅਮਰੀਕਾ ਨਹੀਂ ਆਉਂਦਾ। ਚਲੋ ਜੀ ਸਦਕੇ ਆਉਣ ਫਿਰ, ਜਿੱਥੇ ਹੁਣ ਜਿਸ ਕਿਸਮ ਦੇ ਤੁਸੀਂ ਰਸਤੇ 'ਤੇ ਤੁਰੇ ਹੋ ਉਹਦਾ ਫਿਰ ਤੁਹਾਨੂੰ ਉਸ ਦੇ ਲਈ ਉਸ ਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਜੀ। ਇੱਕ ਮਿੰਟ ਮੈਂ ਦੇਖਦੀ ਹਾਂ ਜੀ। ਹਾਂਜੀ ਸਰ, ਮਨਜੀਤ ਸਿੰਘ ਮਠਾਰੂ ਲਿਖਦੇ ਨੇ, ਖਾਲਿਸਤਾਨ ਦੇ ਕੇਸ ਨੂੰ ਖਤਮ ਕਰਨ ਵਿੱਚ ਵਿਚਾਰ ਦੀ ਨੈਗੇਟਿਵਿਟੀ ਮਨ ਵਿੱਚ ਹੈ, ਜੋ ਪੰਜਾਬ ਦੀ ਅਮੀਰੀ ਅਤੇ ਗੁਰੂਆਂ ਦੀ ਬਖਸ਼ਿਸ਼ ਹੈ ਉਸ ਵੱਲੋਂ ਅੰਨੇ ਨੇ, ਪਰ ਖਾਲਿਸਤਾਨ ਨੇੜੇ ਹੈ, ਖਾਲਿਸਤਾਨ ਜ਼ਿੰਦਾਬਾਦ। ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਹੁਣ ਦਿਲ ਤੋੜਨ ਵਾਲੀ ਲਾਈਨ ਜਾਂ ਨੈਗੇਟ ਕਰਨ ਵਾਲਾ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਕਈ ਬੁੱਧੂ ਜੀਵੀ ਨਿਕਲਣਗੇ, ਜਿਹੜੇ ਆਪਣੇ ਆਪ ਨੂੰ ਬੁੱਧੀਜੀਵੀ ਕਹਿਣਗੇ ਪਰ ਹੈ ਬਹੁਤ ਬੁੱਧੂ ਜੀਵੇ ਨੇ ਜੀ। ਫਿਰ ਇਟ ਵਿਲ ਬੀ ਦਾ ਹੈੱਡਕੁਆਰਟਰ ਆਫ ਖਾਲਿਸਤਾਨ ਔਨ ਵਨ ਡੇ, ਆਲ ਦਾ ਵਰਲਡ ਵਿਲ ਬੀ ਦਾ ਖਾਲਿਸਤਾਨ। ਚਲੋ ਇਹ ਬੜੀ ਚੰਗੀ ਗੱਲ ਹੈ, ਆਦਰਸ਼ ਗੱਲ ਹੈ। ਅਸੀਂ ਸਮਝਦੇ ਹਾਂ ਵੀ ਪਹਿਲਾਂ ਹੀ ਸਾਡੀਆਂ ਸਿੱਖ ਆਈਡੀਅਲਸ ਦੇ ਉੱਤੇ ਦੁਨੀਆ ਦੇ UN ਔਰ ਦੂਸਰੇ ਚਾਰਟਰ ਨੇ, ਪਰ ਅਸੀਂ ਜੀਓਗ੍ਰਾਫਿਕਲ ਖਿੱਤਾ ਜਿਹੜਾ ਦਰਿਆਏ ਜਮਨਾ ਤੋਂ ਵਾਗਤ ਆ। ਭੁਪਿੰਦਰ ਸਿੰਘ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਕੋਈ ਇਹਨਾਂ ਨੂੰ ਮੁਹੰਮਦ ਅਸ਼ਰਫ, ਉਹਨਾਂ ਨੇ TV84 ਲਈ ਪਿਆਰ ਦਾ ਇਜ਼ਹਾਰ ਕੀਤਾ। ਹਾਂਜੀ, ਭੁਪਿੰਦਰ ਸਿੰਘ ਲਿਖਦੇ ਨੇ ਕਿ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਕੋਈ ਇਹਨਾਂ ਨੂੰ ਖਾਲਿਸਤਾਨ ਦੇਣ ਆਇਆ ਬਿਨਾਂ ਪਾਣੀ ਤੋਂ ਮੌਜੇ ਖੋਲੀ ਬੈਠੇ ਆ। ਹਾਂਜੀ, ਉਹਨਾਂ ਨੇ ਫਿਰ ਲਿਖਿਆ, ਜਿਸ ਬੰਦੇ ਨੂੰ 70 ਸਾਲਾਂ 'ਚ ਪੰਜਾਬ ਦੇ ਪਾਣੀਆਂ ਦੀ ਲੁੱਟ ਬਾਰੇ ਗੱਲ ਸਮਝ ਨਹੀਂ ਲੱਗੀ ਕਿ ਅਸੀਂ ਗੁਲਾਮ ਹਾਂ, ਇਹ ਗੱਲ ਸਮਝਣ ਦੀ ਲੋੜ ਨਹੀਂ ਕਿ ਇਹਨਾਂ ਪਾੜਿਆਂ ਦੇ ਕਿਸ ਹੱਦ ਤੱਕ ਗੁਲਾਮੀ ਘਰ ਕਰ ਗਈ ਹੈ। ਬਿਲਕੁਲ ਠੀਕ ਹੈ, ਬਿਲਕੁਲ। ਮਨਜੀਤ ਸਿੰਘ ਮਠਾਰੂ ਫਿਰ ਸਾਨੂੰ ਲਿਖਦੇ ਨੇ ਕਿ ਖਾਲਿਸਤਾਨ ਦਾ ਇਤਿਹਾਸ ਹੈ 500 ਸਾਲਾਂ ਪੁਰਾਣਾ, ਦੇਖਣ ਲਈ ਅੱਖ ਦੀ ਜ਼ਰੂਰਤ ਹੈ। ਆਈ ਥਿੰਕ ਸੁਖਨਜੀਤ ਸਿੰਘ ਕਟਰਾ ਸਾਨੂੰ ਲਿਖਦੇ ਨੇ, ਪੰਜਾਬ ਨੇ ਹਮੇਸ਼ਾ ਦਿੱਤਾ ਹੀ, ਇਹ ਕਦੇ ਲਿਆ ਹੀ ਨਹੀਂ ਭਾਰਤ ਤੋਂ। ਨੋ ਡਾਊਟ, ਨੀਮ ਰਿਕਚ ਦਾ ਮੈਸੇਜ ਹੈ, ਉਹਨਾਂ ਨੇ ਹਾ 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 ਕਰਕੇ, ਸਟੂਪਿਡ ਪੀਪਲ ਕੀਪ ਥਿੰਕਿੰਗ ਦੈਟ ਵੈਦਰ ਸਮਥਿੰਗ ਇਜ਼ ਪੋਸੀਬਲ ਔਰ ਨਾਟ,
एंड द ब्रेव एंड सिंसियर डू इट विदाउट एनी फियर ऑफ फेलियर. खालिस्तान वुड बी ए कंट्री विद ए ब्रदर लाइक नेबर, नथिंग टू बी वरीड अबाउट. बिल्कुल तुहाडे नाल सहमत है और मेरा ख्याल हुण तुसीं तां मैनूं कहना विचार लई पर अज बड़ा इंपोर्टेंट शब्द है भगत नामदेव जी दा जिहड़ा असीं हर थर्सडे विचारदे हां और ये राग तिलंग दे विच है और अक्सर इस नूं रागी सिंह भी गायन करदे ने ज्यादा. हले यारा खुश खबरी बल बल जाओ हों बल बल जाओ निकी तेरी बिगारी आले तेरा नाओ रहाओ. हुण जाहिर है कि हालां जो इस शब्द की व्याख्या या इंटरप्रिटेशन अड अड देखते हो तो इस नूं नामदेव जी का द्वारका जाना उत्थे एक मुगल जिस दे सोहनी पग सी पठान उसने फड़ के उन्हां नूं बगार ते ला लेना समान चुका देना और उदे चों भी उन्हां नूं रब दा रूप नज़र आना इस किस्म दी कहानी दे नाल ही असीं देखते रहे. पर मैं समझदा हां भी बहुत सारे विद्वानों ने इस ते काम कीता है और कोई भी ये क्लेम नहीं कर सकता कि भी उन्हें जिहड़ी स्पिरिट कैच कीती है जां इंटरप्रिटेशन ओह परफेक्ट है. पर जिहड़ी मैं हुण सांझी कर रहा मैनूं इह ज़्यादा कन्विंसिंग लगी और रहाउ दी तुक है हले यारा हे दोस्त बड़ी खुशी दी गल है बड़ी खुशी दी खबर है दिल नूं चाच भर देण वाली बल बल जाओ हो बल बल जाओ. मैं कुरबान जांदा है इस खुशी दे मौके निकी तेरी बेगारी आले तेरा नाओ कि तू जिहड़ा मेरे जीवन दे विच जिस किरत वल जिस मैं ज़्यादा वक्त गुजारदा हालां बिगार दा मतलब हुंदा है किसी तो कोई काम करवाना तो उसकी उजरत ना देना जा पैसे ना देना. अजे भी असीं कहांगे भी एवें बिगार पा गया कि उहदे तो आया हुंदा सी आम के जिहड़े रूलर क्लास आ उह फड़ के काम करके तो घर नूं तोड़ दिंदे सी. पर इत्थे बिगार दी गल है जिहड़ी असीं दिन रात अपनी जिहड़ा दुनियावी कार करदे हां पर जे रब दे हुक्म दे विच है ते नीकी ये भोजपुरी च भी ये लफज है मराठी च भी है सोहनी कि ये जिहड़ी तेरी बगार है जिहड़ी सानू सवेर तो शाम तक अपने उधर पूर्ति लई करना पैंदा ये भी बहुत सोहनी है आले तेरा नाओ आले आला भी तेरा नाम बड़ा उच्चा है. सो जाहिर है भी ये ना तो कृष्ण कन्हैया दी द्वारका नगरी की गल है ना ही ये किसे जड़ा मुगल दी दस्तार दी सरान है जां बगार उदी करन दी गल है ये उस वाहिगुरु दे सामने आपा हले यारा खुशखबरी कि भाई हे मेरे दोस्त हे मेरे प्यारे ये किन्नी खुशी दी गल है कि तू मेरे जीवन नूं इस पासे लाया तेरे बोल भी उच्चे ने तेरी पग भी बहुत सोहनी है. कुजा आमद कुजा रफ्ती कुजा में रवि द्वारका नगरी रास बगोई खूब तेरी पगरी मीठे तेरे बोल द्वारका नगरी काहे के मगोल. कुजा आमद कुजा रफ्ती कुजा में रवि कि तू हे वाहगुरु तू कितों आंदा है कित्थे रहिंदा है कित्थे जांदा है ये सवाल क्योंकि जिहड़ा वेदांत है उहदे च है ही है कि मैं कौन हूँ कहाँ से आया हूँ कहाँ जाना है. रब दे उत्ते भी उसे तो ही गोरख धंधा जिहनूं कहा सी ये गोरख धंधा उन्होंने कहा कि भाई ये की है ये साडा नहीं है कि ना तू कितों आया क्योंकि तो ना तू कित जाना है ना तू कित गया तू तो अटल है. और बहुत वार हुण इत्थे दो मंगोल इस्लामिक विचारधारा का प्रतीक है द्वारका नगरी हिंदू कृष्ण जी नाल संबंध है जिथे वह रासलीला करते गोपियां नाल. सो द्वारका नगरी रास बगोई कि भाई द्वारका शहर के इधर इन्ह ने रास पाई हुई है जिहड़ी जदों ये कृष्ण जी गोपियां दे नाल रास पाउंदे सी उह अज भी रिपीट हुंदा है. खूब तेरी पगरी मीठे तेरे बोल द्वारका नगरी काहे के मंगोल के ना तू द्वारका च है ना ही तू मंगोल जिन्हां दा इस्लामिक मजहब है जां उन्हां दा सिर्फ उन्हां शहरां तक जां उन्हां तक महदूद नहीं तू तो हर थां है. कुजा आमद कुजा रफ्ती कुजा में रवि तू कित्थे आया कि तू हर थां ते है हर एक दे विच रव्या होया तेरी दस्तार तेरी सूरत बहुत सोहनी. और ये जदों रब की खूबसूरती बयान की जाती भावें उहदा आकार नहीं है गुरु नानक साहब दा है तेरे बंके लोयन दंत रसाला सोहने नख जिन लमड़े वाल कि तेरे लोयन अखां तेरी अखां बड़ियां सोहनियां ने तेरे दंद बड़े सोहने ने तेरा नक बड़ा प्यार है तेरे वाल बड़े लंबे ने
ਸੋ ਇਹਦੇ 'ਚ ਹੀ ਹੈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ, ਤੇਰੀ ਆਵਾਜ਼ ਮਿੱਠ ਬੋਲੜਾ ਜੀ ਹਰ ਸਾਜਨ ਸਵਾਮੀ ਮੋਰਾ, ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਚਿਨੀ ਪਾਤਸ਼ਾਹ ਸਾਂਵਲੇ ਵਰਨਾ। ਚੰਦੀ ਹਜ਼ਾਰ ਆਲਮ, ਕਈ ਹਜ਼ਾਰ ਦੁਨੀਆ ਆਲਮ ਕੋਸਮੋਸ ਦੇ ਜਿਹੜੇ ਉਹ ਸਾਰੇ ਏਕਲ ਖਾਨਾ ਖਾਨ ਕਹਿੰਦੇ ਨੇ ਮਾਲਕ ਨੂੰ, ਤੂੰ ਇੱਕੋ ਇੱਕ ਮਾਲਕ ਹੈ ਜਿਸ ਦੇ ਹਜ਼ਾਰਾਂ ਤਬਕ ਨੇ, ਹਜ਼ਾਰਾਂ ਆਲਮ ਨੇ, ਹਜ਼ਾਰਾਂ ਗਲੈਕਸੀਜ਼ ਨੇ, ਕਈ ਹਜ਼ਾਰ। ਹਮ ਚਿਨੀ ਪਾਤਸ਼ਾਹ, ਕਿ ਅਸੀਂ ਉਸ ਚਿਨੀ ਪਾਤਸ਼ਾਹ ਜਿਹੋ ਜਿਹਾ ਉਹ ਪਾਤਸ਼ਾਹ ਸਾਂਵਲੇ, ਇੱਧਰ ਕ੍ਰਿਸ਼ਨ ਜੀ ਸਾਂਵਲੇ ਨੇ, ਉਹਨਾਂ ਨੂੰ ਉਹਨਾਂ ਦਾ ਰੰਗ ਕਾਲਾ ਸੀ, ਇਸ ਲਈ ਕ੍ਰਿਸ਼ਨ ਕਹਿੰਦੇ ਨੇ, ਕ੍ਰਿਸ਼ਨ ਦਾ ਮਤਲਬ ਵੀ ਸੰਸਕ੍ਰਿਤ 'ਚ ਕਾਲਾ ਹੁੰਦਾ। ਪਰ ਉਹਨਾਂ ਨੇ ਕਿਹਾ ਜੀ ਜਿਹੜਾ ਸਾਡਾ ਚਿਨੀ ਪਾਤਸ਼ਾਹ ਹੈ ਉਹ ਤਾਂ ਕਈ ਹਜ਼ਾਰ ਆਲਮ ਦਾ ਮਾਲਕ ਹੈ ਔਰ ਇੱਕੋ ਇੱਕ ਮਾਲਕ ਹੈ, ਏਕਲ ਖਾਨਾ ਖਾਨ ਮਾਲਕ ਨੂੰ ਕਹਿੰਦੇ ਨੇ। ਅਖੀਰ 'ਚ ਭਗਤ ਜੀ ਫਰਮਾਉਂਦੇ ਨੇ, ਅਸਪਤ ਗਜਪਤ ਨਰਹਿ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ। ਹੁਣ ਹਿੰਦੂ ਮਾਈਥੋਲੋਜੀ ਦੇ ਵਿੱਚ ਅਸਪਤ ਅਸ਼ਵ ਘੋੜੇ ਨੂੰ ਕਹਿੰਦੇ ਨੇ, ਅਤੇ ਘੋੜਿਆਂ ਦਾ ਮਾਲਕ ਸੂਰਜ ਹੈ, ਸੂਰਜ ਜਿਹੜਾ ਸਟਰੈਂਥ ਵੀ ਹੈ ਅਤੇ ਘੋੜੇ ਦੇ ਨਾਲ ਘੋੜਿਆਂ ਦਾ ਮਾਲਕ। ਗਜਪਤ ਇੰਦਰ ਦੇਵਤਾ, ਉਹ ਹਾਥੀਆਂ ਦਾ ਮਾਲਕ, ਉਹਦੇ ਕੋਲ ਬਹੁਤ ਗਜ ਹਾਥੀ ਨੂੰ ਕਹਿੰਦੇ ਨੇ। ਨਰਹਿ ਨਰਿੰਦ ਨਰਾਂ ਦਾ ਰਾਜਾ ਬ੍ਰਹਮਾ ਹੈ, ਬੰਦਿਆਂ ਦੇ ਉੱਤੇ ਬ੍ਰਹਮਾ ਦਾ। ਨਾਮੇ ਕੇ ਸਵਾਮੀ ਮੀਰ ਮੁਕੰਦ, ਹੁਣ ਮੁਕੰਦ ਨਾਂ ਵਿਸ਼ਨੂੰ ਦਾ ਹੈ, ਕ੍ਰਿਸ਼ਨ ਦਾ ਵੀ ਹੈ, ਅਤੇ ਮੀਰ ਸਾਵਰਨ ਨੂੰ ਕਹਿੰਦੇ ਨੇ ਕਿਉਂਕਿ ਇਹ ਪਰਸ਼ਨ ਦਾ ਸ਼ਬਦ ਹੈ। ਸੋ ਉਹ ਭਗਤ ਜੀ ਮੀਰ ਅਤੇ ਮੁਕੰਦ ਨੂੰ ਮਿਲਾ ਕੇ, ਮੰਗੋਲ ਅਤੇ ਦੁਆਰਕਾ ਨੂੰ ਮਿਲਾ ਕੇ, ਚੀਨੀ ਪਾਤਸ਼ਾਹ ਸਾਂਵਲੇ ਵਰਨਾ ਦੇ ਨਾਲ ਇਹ ਮੈਸੇਜ ਦੇ ਰਹੇ ਨੇ ਕਿ ਮੇਰਾ ਉਹ ਰੱਬ ਜਿਹੜਾ ਉਹ ਇਹਨਾਂ ਸਾਰਿਆਂ ਤੋਂ ਦੁਨੀਆਦਾਰਾਨਾ ਜਿਹਨਾਂ ਦੇ ਵਿੱਚ ਤੁਸੀਂ ਰੱਬ ਨੂੰ ਵਾੜਿਆ ਹੋਇਆ ਇਹਦੇ ਤੋਂ ਉੱਚੇ, ਔਰ ਉਹ ਚੰਦੀ ਹਜ਼ਾਰ ਆਲਮ ਏਕਲ ਖਾਨਾ, ਉਹ ਹਜ਼ਾਰਾਂ ਉਹਨਾਂ ਤਬਕਾਂ ਦਾ ਮਾਲਕ ਔਰ ਇੱਕੋ ਇੱਕੋ ਮਾਲਕ ਹੈ। ਔਰ ਇਹ ਜਿਹੜਾ ਹੱਲੇ ਯਾਰਾਂ ਖੁਸ਼ਖਬਰੀ, ਇਹੀ ਜਿਹੜੀ ਹੈ, ਇਹ ਮੇਰੇ ਦੋਸਤ, ਇਹ ਖੁਸ਼ਖਬਰੀ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਅਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇਹਨਾਂ ਨੇ ਆਪਣੇ ਦਰਸ਼ਕਾਂ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਅਤੇ ਸੁਝਾਅ ਸਾਨੂੰ ਭੇਜਣਾ ਪਹਿਲਾਂ ਸਾਡੇ ਇਸ ਪਤੇ 'ਤੇ SOS@TV84.TV 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੀ ਸਾਨੂੰ ਮੁਕਵਾਂਗੇ। ਤਦ ਤੱਕ ਲਈ ਮੈਨੂੰ ਅਤੇ ਪਿੰਡਾਂ ਸੁਣਾ ਗਿਆ ਦਿਓ, ਦੇਖਦੇ ਰਹੋ TV84। ਬੁਲਾ ਦਿਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।